ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਭ ਦੇ ਠੀਕ ਠਾਕ ਹੋ ਅੱਜ ਅਸੀਂ ਚੱਲੇ ਹਾਂ ਜੀ ਹੋਰ ਨਵੇਂ ਬਾਂਡੇ ਚੱਲੇ ਹਾਂ ਅੱਜ ਚੱਲੇ ਹਾਂ ਜੀ ਵੱਡੇ ਦੀਦੀ ਦੇ ਮੈਂ ਤੁਹਾਨੂੰ ਉੱਦਣ ਦੱਸਿਆ ਸੀਗਾ ਕਿ ਇੱਕ ਸਿਸਟਰ ਹੈਗੇ ਤੇ ਸੂਹੇ ਮਕੇਰੀਆਂ ਵੱਲ ਬਾਹਲੇ ਪਿੰਡ ਆ ਗੜਦੀ ਵਾਲਾ ਦੇ ਕੋਲ ਅਤੇ ਉਹ ਸਾਡੇ ਸਾਰਿਆਂ 'ਚੋਂ ਵੱਡੇ ਆ ਦੀਦੀ ਉਹਨਾਂ ਦੇ ਕੋਲ ਅਸੀਂ ਅੱਜ ਚੱਲੇ ਹਾਂ ਬੜੇ ਟਾਈਮ ਬਾਅਦ ਜਾ ਰਹੇ ਹਾਂ ਤੁਸੀਂ ਕਹਿਣਾ ਹਰ ਬਲੌਗ ਵਿੱਚ ਇੱਦਾਂ ਹੀ ਕਹਿੰਦੇ ਆ ਹੋਇਆ ਵੀ ਨਹੀਂ ਦੋ ਵਾਰੀ ਇੰਡੀਆ ਤੋਂ ਘੁੰਮ ਕੇ ਗਏ ਪਰ ਜਾ ਨਹੀਂ ਹੋਇਆ ਅਤੇ ਅੱਜ ਮੇਰੇ ਖਿਆਲ 3-4 ਸਾਲ ਬਾਅਦ ਚੱਲੇ ਦੀਦੀ ਉਹਨਾਂ ਦੇ ਕੋਲ ਜਨਾਬ ਨੇ ਇੱਧਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡਰਾਈਵ ਕਰਦੇ ਪਏ ਆ ਡਰਾਈਵ ਕਰਦਾ ਜੀ ਮੋਟਰ ਗੱਲ ਕਰਦੇ ਆ ਇੱਧਰ ਜੈ ਬਾਬੂ ਤੇ ਇੱਧਰ ਕਸ਼ਿਸ਼ ਤੇ ਇੱਧਰ ਦੀਦੀ ਵੱਡੇ ਵੀ ਨਾਲ ਜਾ ਰਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਦੀਦੀ ਉਹਨਾਂ ਕੋਲ ਅਸੀਂ ਉੱਧਰ ਗਏ ਸੀਗੇ ਆਦਮਪੁਰ ਤੁਸੀਂ ਦੇਖਿਆ ਸੀ ਬਲੌਗ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਅਤੇ ਦੀਦੀ ਹੁਣੇ ਵੀ ਅੱਜ ਸਾਡੇ ਨਾਲ ਚੱਲੇ ਆ ਅਸੀਂ ਕਿਹਾ ਵੀ ਅੱਜ ਭੈਣਾਂ ਰਲ ਕੇ ਦੁੱਖ ਦੀ ਸੁੱਖ ਦੀ ਕਰਾਂਗੇ ਆਪਾਂ ਬਹਿ ਗਏ ਕੁਛ ਕੁ ਚੁਗਲੀਆਂ ਕਰ ਲਾਂਗੇ ਕੁਛ ਕੁ ਦੁੱਖ ਸੁੱਖ ਕਰ ਲਾਂਗੇ ਤੇ ਹੁਣ ਅਸੀਂ ਇੱਥੇ ਚੱਲੇ ਹਾਂ ਥੋੜਾ ਦੂਰ ਆ ਕਈਆਂ ਦੇ ਕਮੈਂਟ ਆਏ ਸੀ ਵੀ ਜਦੋਂ ਸੂਹੇ ਮਕੇਰੀਆਂ ਆਏ ਹੋ ਸਾਨੂੰ ਦੱਸਿਓ ਤੇ ਸੋਰੀ ਆ ਵੀ ਟਾਈਮ ਇੱਦਾਂ ਦਾ ਸੀ ਅਚਾਨਕ ਪ੍ਰੋਗਰਾਮ ਬਣ ਗਿਆ ਤੇ ਹੁਣ ਅਸੀਂ ਜਾਂਦੇ ਪਏ ਹਾਂ ਅੱਧੇ ਘੰਟੇ ਤੱਕ ਅਸੀਂ ਪਹੁੰਚ ਜਾਣਾ ਆ ਤੇ ਉੱਥੇ ਜਾ ਕੇ ਮਿਲਾਵਾਂਗੇ ਸਾਰੀ ਫੈਮਿਲੀ ਦੇ ਨਾਲ ਜਨਾਬ ਨਾਲ ਗੱਲ ਤਾਂ ਹੋ ਜਾਣਾ ਡਰਾਈਵ ਵਿੱਚ ਧਿਆਨ ਆ ਇੱਕ ਇੰਡੀਆ ਇੱਦਾਂ ਆ ਬਹੁਤ ਕੇਅਰਫੁਲੀ ਜਿਹੜੀ ਡਰਾਈਵ ਕਰਨੀ ਪੈਂਦੀ ਆ ਡਰ ਬਹੁਤ ਲੱਗਦਾ ਇੱਥੇ ਡਰਾਈਵ ਕਰਨ ਤੋਂ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਅਤੇ ਇੱਦਾਂ ਹੋ ਗਈ ਕਿ ਵੀਡੀਓ ਥੋੜ੍ਹੀ ਲੇਟ ਹੋ ਗਈ ਤੁਹਾਨੂੰ ਪਤਾ ਹੀ ਆ ਥੋੜ੍ਹੀ ਪ੍ਰੋਬਲਮ ਕਰਕੇ ਹੁਣ ਰਵੀ ਬਿਲਕੁਲ ਠੀਕ ਆ ਅਤੇ ਇੱਕ ਦੋ ਦਿਨਾਂ ਤੱਕ ਅਸੀਂ ਵੀਡੀਓ ਜਿਹੜੀ ਆ ਰਹਿੰਦੀ ਆ ਛੋਟੀ ਨੂੰ ਵੀ ਅਜੇ ਪਈ ਆ ਅਤੇ ਉਹ ਵੀ ਸ਼ੂਟ ਕਰਨੀ ਆ ਅਤੇ ਘਰ ਦਾ ਹੋਮ ਟੂਰ ਵੀ ਅਸੀਂ ਸ਼ਾਇਦ ਇੱਕ ਦੋ ਦਿਨਾਂ ਤੱਕ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਹੁਣ ਅਸੀਂ ਪਹੁੰਚ ਗਏ ਹਾਂ ਦੀਦੀ ਕਿੱਥੇ ਪਹੁੰਚ ਗਏ ਹਰਿਆਣੇ ਆ ਗਏ ਅਸੀਂ ਆ ਗਏ ਜੀ ਹਰਿਆਣੇ ਤੇ 10-15 ਮਿੰਟ ਸ਼ਾਇਦ ਹੋਰ ਲੱਗਣੇ ਦੀਪੂ ਦੇ ਨਾਨਕੇ ਆ ਗਏ ਜੀ ਤੇ ਉੱਥੇ ਅਸੀਂ ਆ ਦੀਪੂ ਦੇ ਨਾਨਕੇ ਆ ਗਏ ਉੱਥੇ ਪਹੁੰਚ ਕੇ ਫਿਰ ਕਰਦੇ ਹਾਂ ਗੱਲਬਾਤ ਭਾਣਜੇ ਮੇਰੇ ਜਿਹੜੇ ਬਹੁਤ ਸ਼ੈਤਾਨ ਆ ਮੇਰੀ ਭਾਣਜੀ ਵੀ ਉੱਥੇ ਆਈ ਹੋ ਤੇ ਗਾਂ ਉਹਦਾ ਬੇਟਾ ਬਹੁਤ ਕਿਊਟ ਆ ਉਹ ਵੀ ਉੱਥੇ ਹੀ ਆ ਤੁਹਾਨੂੰ ਸਾਰਿਆਂ ਨਾਲ ਮਿਲਾਵਾਂਗੇ ਮੇਰਾ ਦੂਤਾ ਆ ਉਹ ਅਸੀਂ ਇੰਨੀ ਕੁ ਉਮਰ ਵਿੱਚ ਨਾਨੀਆਂ ਵੀ ਬਣ ਗਈਆਂ ਬੜੀ ਵੱਡੀ ਵੱਡੀ ਪੋਸਟ ਮਿਲ ਗਈ ਆ ਸੋ ਮਿਲਦੇ ਹਾਂ ਤੁਹਾਨੂੰ ਉੱਥੇ ਜਾ ਕੇ ਹਾਂਜੀ ਅਸੀਂ ਪਹੁੰਚ ਗਏ ਹਾਂ ਜੀ ਗੜਦੀ ਵਾਲਾ ਮਕੇਰੀਆਂ ਤੋਂ ਅੱਗੇ ਆ ਜੀ ਪਿੰਡ ਬਾਲੇ ਦੀਦੀ ਉਹਨਾਂ ਦੇ ਕੋਲ ਪਹਿਲਾਂ ਇਹਨਾਂ ਨੂੰ ਮਿਲੋ ਇਹ ਮੇਰੀ ਭਾਣਜੀ ਆ ਜੀ ਕਿੰਨੀ ਸੋਹਣੀ ਆ ਇਹ ਮੇਰਾ ਪੁੱਤ ਬਹੁਤ ਸੋਹਣਾ ਅਤੇ ਬਹੁਤ ਇੰਟੈਲੀਜੈਂਟ ਤਕਰੀਬਾ ਹੋ ਗਿਆ ਅਸੀਂ ਇਹਦੀ ਮੈਰਿਜ 'ਤੇ ਆਏ ਸੀਗੇ ਅਤੇ ਉਸ ਤੋਂ ਬਾਅਦ ਅਸੀਂ ਹੁਣ ਆਏ ਹਾਂ ਅਤੇ ਇਹਦੇ ਬੇਟੇ ਦੀ ਮੈਂ ਗੱਲ ਕਰਦੀ ਸੀਗੀ ਬੇਟਾ ਆ ਇੱਕ ਵਿਰਾਨ ਮੈਂ ਤੁਹਾਨੂੰ ਠਹਿਰ ਕੇ ਮਿਲਾਉਂਦੀ ਹਾਂ ਤੁਹਾਡਾ ਬਾਹਰ ਹੀ ਆ ਇਹਦੀ ਮੈਂ ਕਹਿੰਦੀ ਨਾਨੀ ਹਾਂਜੀ ਹੈ ਨਾ ਤੁਸੀਂ ਕੁਛ ਕਹਿਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਘਰ ਮਾਸੀ ਵੀ ਆਇਆ ਸਾਨੂੰ ਬਹੁਤ ਵਧੀਆ ਲੱਗਾ ਆਪਾਂ ਕਦੋਂ ਦੀ ਵੇਟ ਕਰ ਰਹੇ ਸੀ ਇਹਨਾਂ ਦੀ ਕੁਛ ਹਾਲਾਤਾਂ ਕਰਕੇ ਆਪਾਂ ਥੋੜ੍ਹਾ ਲੇਟ ਹੋ ਗਏ ਲੇਟ ਹੋ ਗਏ ਇਸ ਲਈ ਸਪੈਸ਼ਲੀ ਸਾਨੂੰ ਯੂਟਿਊਬ ਨੂੰ ਮਿਲਣ ਆਇਆ ਸਾਨੂੰ ਬਹੁਤ ਵਧੀਆ ਲੱਗਾ ਬੜੀ ਮੁਸ਼ਕਿਲ ਨਾਲ ਸਹੀ ਗੱਲ ਇਹ ਟਾਈਮ ਸੀ ਤੇ ਖਾਸ ਕਰ ਜਿਹੜੇ ਪ੍ਰਦੇਸ਼ਾਂ 'ਚ ਰਹਿੰਦੇ ਆ ਉਹ ਇਸ ਫੀਲਿੰਗ ਨੂੰ ਸਮਝ ਸਕਦੇ ਆ ਕਿ ਭੈਣਾਂ ਭਰਾਵਾਂ ਦੀ ਦੂਰ ਰਹਿਣਾ ਬੜਾ ਔਖਾ ਆ ਅਤੇ ਬਾਹਰ ਰਹਿ ਕੇ ਬੜਾ ਚੇਤੇ ਕਰੀਦਾ ਆ ਅਤੇ ਪਰਮਾਤਮਾ ਸ਼ੁਕਰ ਆ ਕਿ ਅੱਜ ਅਸੀਂ ਇਕੱਠੇ ਆਏ ਹਾਂ ਇੱਥੇ ਮਿਲੇ ਹਾਂ ਅਤੇ ਇੱਧਰ ਮੇਰੇ ਵੱਡੇ ਦੀਦੀ ਆ ਮੈਂ ਕੋਲ ਜਾਂਦੀ ਹਾਂ ਇਹ ਮੇਰੇ ਵੱਡੇ ਦੀਦੀ ਆ ਜੀ ਅਸੀਂ 4 ਸਿਸਟਰ ਆ ਤੁਹਾਨੂੰ ਮੈਂ ਬਹੁਤ ਵਾਰੀ ਮੈਨਸ਼ਨ ਕੀਤਾ ਅਤੇ ਇਹ ਸਾਡੇ ਜੀ ਸਾਰਿਆਂ ਤੋਂ ਵੱਡੇ ਆ ਸਾਡੇ ਬਜ਼ੁਰਗ ਆ ਜੀ ਅਸੀਂ 4 ਭੈਣਾਂ ਅਤੇ 1 ਭਰਾ ਆ ਮੈਂ ਤੁਹਾਨੂੰ ਦੱਸਿਆ ਸੀ ਅਤੇ ਜਿਹੜੇ ਮੇਰੇ 1 ਸਿਸਟਰ ਹੋਰ ਆ ਉੱਥੇ ਵੀ ਅਸੀਂ ਜਾਵਾਂਗੇ ਮੈਂ ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਾਵਾਂਗੀ ਅਤੇ ਇਹ 2 ਬੇਟੇ ਆ ਅਤੇ 1 ਬੇਟੀ ਆ ਇਹ ਆ ਜੀ ਛੋਟਾ ਜਸ਼ਨ ਸਾਰਿਆਂ ਨੂੰ ਠੰਡਾ ਗਿਆ ਥੋੜਾ ਬਾਅਦ ਤੇ ਤੁਹਾਨੂੰ ਮਿਲਾਉਂਦੇ
ਕੌਣ ਇੱਧਰ ਸਾਡਾ ਹੋ ਗਿਆ ਜੀ ਠੰਡੇ ਦਾ ਟਾਈਮ ਜੀ ਆ ਜਾ ਜੀ ਕੋਲਡ ਡਰਿੰਕ ਪੀ ਲਓ ਕਿ ਜੀ ਅਸੀਂ ਪੀ ਲਈ ਲਓ ਜੀ ਹੁਣ ਦੱਸੋ ਕੀ ਕਰਨਾ ਹੈ ਇਹ ਤੁਹਾਨੂੰ ਅਸੀਂ ਹਰ ਜਗ੍ਹਾ ਐਕਸਪਲੇਨ ਕਰ ਦਿੱਤਾ ਆ ਪਹਿਲਾਂ ਪਾਣੀ ਪੀਣਾ ਹੈ ਫਿਰ ਠੰਡਾ ਫਿਰ ਉੱਪਰ ਚਾਹ ਇਹ ਕੰਪਲਸਰੀ ਆ ਜੇ ਮਤਲਬ ਨਹੀਂ ਆਪਾਂ ਪੀਂਦੇ ਫਿਰ ਥੋੜ੍ਹਾ ਜਿਹਾ ਹੋਟਲ ਬਣਾਉਣਾ ਪੈਂਦਾ ਇਸ ਲਈ ਅਸੀਂ ਹੁਣ ਚਾਹ ਪੀਣ ਲੱਗੇ ਜਨਾਬ ਨਹੀਂ ਪੀਂਦੇ ਮੈਂ ਤੁਹਾਨੂੰ ਪਤਾ ਕੱਪ ਪੀਂਦੀ ਆਹ ਦੇਖੋ ਪਲੇਟ ਭਰੀ ਕਿਹੜੀ ਚਾਚਾ ਹੋ ਰਹੀ ਹੈ ਗੇਮਿੰਗ ਦੀ ਚਰਚਾ ਹੋ ਰਹੀ ਹੈ ਇੰਟਰੋਡਕਸ਼ਨ ਕਰਾ ਦੇ ਸਾਡਾ ਇੱਕ ਬੰਦਾ ਅੰਦਰ ਬੈਠਾ ਉਹ ਦੇਖੋ ਸੁਣ ਖੇਡਣਾ ਸੀ ਤੂੰ ਪੇ ਉਹਦਾ ਮਿਊਜ਼ਿਕ ਜਿਹਾ ਵਜਾਤਾ ਨਾਨੂ ਬ੍ਰਾਇਨ ਹੋਰ ਕੀ ਆ ਬ੍ਰਾਇਨ ਤੇ ਇਹਨੂੰ ਕਿੱਥੇ ਲੱਭਣੀ ਹੋ ਗਈ ਬ੍ਰਾਇਨ ਕੰਮ ਨੂੰ ਕਰ ਕੋਣ ਦਾ ਦੇ ਰਿਹਾ ਇੱਧਰ ਯਾਦ ਸਾਡੇ ਕਾਕੂ ਨਾਲ ਸੌਂ ਕੇ ਉੱਠ ਗਿਆ ਬ੍ਰਾਇਨ ਇੱਧਰ ਬ੍ਰਾਇਨ ਆ ਤੇ ਕਾਕਾ ਉੱਠ ਕੇ ਆ ਗਿਆ ਗੁੱਡ ਆਫਟਰਨੂਨ ਕਹਿ ਦੋ ਸਾਰਿਆਂ ਨੂੰ ਮੁੰਡਾ ਜੂ ਜਾ ਓਏ ਬੁੱਗੀ ਇੱਧਰ ਇੱਧਰ ਬ੍ਰਾਇਨ ਰਸੋਈ ਚੋ ਨਿਕਲਦੇ ਜੀ ਉਦਣ ਮੈਂ ਆਦਮਪੁਰ ਗਈ ਉਹ ਦੀਦੀ ਮੇਰੀ ਰਸੋਈ ਚੋ ਨਿਕਲਦੀ ਸੀ ਤਾਂ ਅੱਜ ਵੱਡੇ ਨਿਕਲਦੇ ਕਿੰਨੀ ਗਰਮੀ ਚ ਦੇਖੋ ਲੱਗੇ ਆ ਵਿੱਚੇ ਮੇਰੀ ਬੇਚਾਰੀ ਭੈਣ ਜੀ ਤੇ ਵਿੱਚੇ ਸਾਡੀ ਨਿੱਕੀ ਜੀ ਬੁੱਗੀ ਤੇ ਵਿੱਚੇ ਦੀਦੀ ਛੁੱਟੀਆਂ ਜਦੋਂ ਵੀ ਮੈਂ ਪੜ੍ਹਦੀ ਸੀ ਛੁੱਟੀਆਂ ਹੁੰਦੀਆਂ ਸੀਗੀਆਂ ਕਿੱਥੇ ਜਾਣਾ ਜੀ ਬਾਹਲੇ ਜਾਣਾ ਦੀਦੀ ਕੋਲ ਤੇ ਦੀਦੀ ਕੋਲ ਰਹਿ ਕੇ ਜਾਣਾ ਮਹੀਨਾ ਮਹੀਨਾ ਦੋ ਮਹੀਨੇ ਵੀ ਮੈਂ ਇੱਥੇ ਰਹੀ ਹਾਂ ਦੀਦੀ ਕੋਲ ਬਹੁਤ ਦਿਲ ਲੱਗਦਾ ਹੁੰਦਾ ਸੀ ਵੱਡੀਆਂ ਦੀਦੀਆਂ ਕੋਲ ਇੱਦਾਂ ਹੀ ਦੀਦੀ ਘਰ ਬਹੁਤ ਸੋਹਣਾ ਬਣਾਇਆ ਇੱਥੇ ਦੇਖੋ ਕਿੰਨੀ ਸੋਹਣੀ ਕੀਤੀ ਆ ਪੇਂਟਿੰਗ ਅਤੇ ਇੱਧਰ ਰੂਮ ਆ ਜੀਜੂ ਹੁਣ ਦੀ ਇੱਧਰ ਆ ਫੋਟੋ ਹੈ ਨਾ ਦੀਦੀ ਇੱਥੇ ਮੈਂ ਤੁਹਾਨੂੰ ਆਪਣੇ ਜੀਜੂ ਨਾਲ ਹੀ ਮਿਲਾਉਂਦੀ ਹਾਂ ਪਰ ਮੇਰੇ ਜੀਜੂ ਹੁਣ ਸਾਡੇ ਨਾਲ ਨਹੀਂ ਆ ਇਸ ਟਾਈਮ ਇਹ ਸੀ ਜੀ ਮੇਰੇ ਜੀਜਾ ਜੀ ਟਾਈਮ ਤੋਂ ਪਹਿਲਾਂ ਹੀ ਸਾਡੇ ਤੋਂ ਬਹੁਤ ਦੂਰ ਚਲੇ ਗਏ ਬਹੁਤ ਜ਼ਿਆਦਾ ਨਾਈਸ ਸੀਗੇ ਇੰਨੇ ਜ਼ਿਆਦਾ ਨਾਈਸ ਸੀਗੇ ਕਿ ਮੈਂ ਦੱਸ ਨਹੀਂ ਸਕਦੀ ਬਿਆਨ ਨਹੀਂ ਕਰ ਸਕਦੇ ਪੁਲਿਸ ਇੰਸਪੈਕਟਰ ਸੀਗੇ ਅਤੇ DSP ਬਣਨ ਵਾਲੇ ਸੀਗੇ ਅਤੇ ਉਹ ਤੋਂ ਥੋੜ੍ਹਾ ਟਾਈਮ ਪਹਿਲਾਂ ਹੀ ਸਾਡੇ ਤੋਂ ਬਹੁਤ ਦੂਰ ਚਲੇ ਗਏ ਇਹ ਦੀਦੀ ਹੁਣਾਂ ਦੀ ਮੈਰਿਜ ਤੋਂ ਬਾਅਦ ਦੀ ਪਿਕਚਰ ਆ ਦੀਦੀ ਕਿੰਨੇ ਜੰਗ ਜਿਹੇ ਲੱਗਦੇ ਆ ਸੋਹਣੇ ਲੱਗਦੇ ਆ ਉਹਨੇ ਵੱਡੀ ਪਿਕਚਰ ਸੀਗੀ ਉਹ ਪਤਾ ਨਹੀਂ ਕਿੱਥੇ ਰੱਖਤੀ ਇਹਨਾਂ ਨੇ ਨੇਚਰ ਇੰਨਾ ਜ਼ਿਆਦਾ ਨਾਈਸ ਸੀਗਾ ਕਿ ਬਿਲਕੁਲ ਨਹੀਂ ਇੱਦਾਂ ਦੀ ਜਜਮੈਂਟ ਹੁੰਦੀ ਸੀਗੀ ਕਿ ਪੁਲਿਸ ਵਿੱਚ ਆ ਨਹੀਂ ਤਾਂ ਕਈ ਵਾਰੀ ਆਪਾਂ ਡਰਦੇ ਹਾਂ ਇੱਦਾਂ ਅਤੇ ਪਰ ਜੀਜਾ ਜੀ ਹੁਣੀ ਤਾਂ ਬਹੁਤ ਜ਼ਿਆਦਾ ਨਾਈਸ ਸੀਗੇ ਅਤੇ ਦੇ ਸਕਦੇ ਹਾਂ ਪਰ ਹੁਣ ਫੋਟੋ ਵਿੱਚ ਰਹਿ ਗਏ ਘਰ ਬਣਾਇਆ ਹੀ ਸੀ ਉਦੋਂ ਥੋੜ੍ਹਾ ਟਾਈਮ ਹੀ ਹੋਇਆ ਸੀ ਅਜੇ ਆਪਾਂ ਤੁਹਾਡੇ ਨਾਲ ਪਿਕਚਰ ਤਾਂ ਸ਼ੇਅਰ ਕੀਤੀ ਆ ਕਿਉਂਕਿ ਬਾਅਦ ਵਿੱਚ ਕਈ ਵਾਰੀ ਕਮੈਂਟ ਕਰਨ ਲੱਗ ਪੈਂਦੇ ਆ ਹਾਂ ਜੀ ਦੀਦੀ ਹੁਣਾਂ ਨੂੰ ਮਿਲਾ ਲਿਆ ਜੀਜਾ ਜੀ ਹੁਣਾਂ ਨੂੰ ਨਹੀਂ ਮਿਲਾਇਆ ਅਤੇ ਹੋਰ ਜਨਾਬ
दीदी किचन ਸੈਟਿੰਗ ਬਹੁਤ ਸੋਹਣੀ ਕੀਤੀ ਆ ਦੀਦੀ ਹੁਣੇ ਘਰ ਦੀ ਸਭ ਤੋਂ ਵਧੀਆ ਇਸ ਘਰ ਦੇ ਵਿੱਚ ਮੇਰਾ ਕੰਧਾਂ ਤੇ ਜਿਹੜੀ ਪੇਂਟਿੰਗ ਬਣੀ ਹੈ ਨਾ ਹਾਂ ਮੈਂ ਦਿਖਾ ਕੇ ਹਟੀ ਸਪੈਸ਼ਲੀ ਇਹ ਮੈਨੂੰ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗਦੀ ਹੈ ਜਿੱਦਾਂ ਸੱਚੀ ਗੱਲ ਨਾ ਵਧੀਆ ਲੱਗਦਾ ਇੱਕ ਵਾਰ ਕਰਵਾਇਆ ਇੱਕ ਕਿੱਥੇ ਕਰਵਾਇਆ ਬਹੁਤ ਵਧੀਆ ਕਿਉਂਕਿ ਮੇਰਾ ਤਾਂ ਬਚਪਨ ਤੋਂ ਸ਼ੌਂਕ ਰਿਹਾ ਪੇਂਟਿੰਗ ਦਾ ਬੰਦਾ ਦੇਖ ਕੇ ਦੱਸ ਦਿੰਦਾ ਕਿ ਹਾਂ ਕਿ ਚੀਜ਼ ਬੜੀ ਨਾਈਸ ਬਣੀ ਹੈ ਜੀ ਜਿਹਨੇ ਵੀ ਬਣਾਈ ਹੈ ਤਾਰੀਫ ਦੇ ਯੋਗ ਹੈ ਜੀ ਮੈਂ ਇੱਥੇ ਬਹੁਤ ਜ਼ਿਆਦਾ ਰਹੀ ਬਾਹਲੇ ਮੈਂ ਬਹੁਤ ਰਹੀ ਹਾਂ ਇਹ ਭਾਣ ਜੀ ਆ ਮੇਰੇ ਭਾਣ ਜੀ ਅਤੇ ਭਾਣ ਜੀ ਇਸੇ ਕਰਕੇ ਮੇਰੇ ਬਹੁਤ ਜ਼ਿਆਦਾ ਕਲੋਜ਼ ਆ ਮੈਂ ਇੱਥੇ ਬਹੁਤ ਟਾਈਮ ਕੱਢਿਆ ਅਤੇ ਜਦੋਂ ਵੀ ਛੁੱਟੀਆਂ ਹੁੰਦੀਆਂ ਸੀਗੀਆਂ ਅਤੇ ਜੀਜਾ ਜੀ ਦਾ ਵੀ ਇੱਦਾਂ ਦਾ ਨੇਚਰ ਸੀਗਾ ਉਦੋਂ ਮੈਂ ਛੋਟੀ ਸੀ ਅਤੇ ਬੱਚਿਆਂ ਵਾਂਗੂ ਰੱਖਦੇ ਹੁੰਦੇ ਸੀਗੇ ਤਾਂ ਇੱਕਦਮ ਫੋਨ ਕਰ ਦੇਣਾ ਕਿ ਆ ਜਾ ਛੁੱਟੀਆਂ ਤੂੰ ਇੱਥੇ ਹੀ ਰਹਿਣਾ ਅਤੇ ਮੈਂ ਇੱਥੇ ਬਹੁਤ ਟਾਈਮ ਸਪੈਂਡ ਕੀਤਾ ਅਤੇ ਹੁਣ ਤਾਂ ਮੈਂ ਬਹੁਤ ਟਾਈਮ ਬਾਅਦ ਆਈ 4 ਸਾਲ ਬਾਅਦ ਅਸੀਂ ਆਏ ਇਸ ਵਾਰੀ ਚਲੋ ਜੋ ਵੀ ਆ ਬਹੁਤ ਵਧੀਆ ਆ ਪਰ ਹਰ ਇੱਕ ਪਰਸਨ ਦੇ ਕਹਿੰਦੇ ਕਿ ਆਪਣੀ ਜਗ੍ਹਾ ਹੁੰਦੀ ਆ ਨਾ ਉਹਦੀ ਜਗ੍ਹਾ ਕੋਈ ਲੈਂਦਾ ਨਹੀਂ ਹੈ ਅਤੇ ਬਾਕੀ ਵਧੀਆ ਸਾਰਾ ਕੁਛ ਪਰਮਾਤਮਾ ਨੇ ਹਮੇਸ਼ਾ ਖੁਸ਼ ਰੱਖੀ ਸਾਰਿਆਂ ਨੂੰ ਆਪਣੀ ਲਾਈਫ ਵਿੱਚ ਇਹ ਹੋਇਆ ਮੈਂ ਬਹੁਤ ਚੀਜ਼ਾਂ ਦੀਦੀ ਕੋਲੋਂ ਹੀ ਸਿੱਖੀਆਂ ਸਹੀ ਗੱਲ ਆ ਅਤੇ ਸਾਰੇ ਤੋਂ ਵੱਡੇ ਸੀਗੇ ਅਤੇ ਆਪਾਂ ਤਾਂ ਉਦੋਂ ਛੋਟੇ ਜਿਹੇ ਸੀ ਬੜੀ ਐਸ਼ ਕੀਤੀ ਪਹਿਲਾਂ ਦੀਦੀ ਸਿਰ 'ਤੇ ਜਦੋਂ ਦੀਦੀ ਦੀ ਹੋ ਗਈ ਮੈਰਿਜ ਤਾਂ ਫੇਰ ਬਾਅਦ ਵਿੱਚ ਕੰਮ ਕਰਨਾ ਸਿੱਖਿਆ ਮੇਰੇ ਨਾਲ ਇੱਦਾਂ ਹੁੰਦੀ ਸੀ ਦੀਦੀ ਨੇ ਕਹਿਣਾ ਮੈਨੂੰ ਦੀਦੀ ਹੁਣ ਵਿਆਹ ਦੀ ਫਿਲਮ ਵਿੱਚ ਮੈਂ ਨਿੱਕੀ ਜੀ ਮੈਂ ਹਰਾ ਸੂਟ ਪਾਇਆ ਮੈਂ ਮੋਰੇ ਮੋਰੇ ਰੋਂਦੀ ਸੀਗੀ ਪਤਾ ਦੀਦੀ ਹਾਂ ਮੈਂ ਬਹੁਤ ਜ਼ਿਆਦਾ ਰੋਈ ਹਾਂ ਨੀਲੂ ਤਾਂ ਮੇਰੀ ਭਾਣ ਜੀ ਆ ਕਸ਼ਿਸ਼ ਬਾਸੀ ਆ ਤਾਂ ਆਪਣੇ ਭਾਣ ਜੀ ਨੂੰ ਖਲਾਉਂਦੀ ਨੀਲੂ ਦਾ ਨਾਂ ਆਈ ਜਾਂਦਾ ਹੁਣ ਖੁਸ਼ ਹੋਇਆ ਹੋਈ ਡਰ ਗਿਆ ਹੀ ਡਰ ਗਿਆ ਡਰ ਨੀਲੂ ਨੇ ਸਲਾਹ ਦੇਖੋ ਕਿੱਦਾਂ ਮਿਰਚਾਂ ਨਾਲ ਟਕਾਈਆਂ ਬੜੇ ਸੁਚੱਜੇ ਢੰਗ ਨਾਲ ਬਣਾਇਆ ਜੀ ਸੁਚੱਜੇ ਸੁਚੱਜੇ ਢੰਗ ਸੁਚੱਜੇ ਢੰਗ ਜੀ ਰੋਟੀ ਲੱਗ ਗਈ ਆ ਸਾਰੇ ਹੁਣ ਰੋਟੀ ਦੀ ਵੇਟ ਚ ਆ ਉਹ ਜਿਹੜੇ ਤਿੰਨ ਬੰਦੇ ਪਿੱਛੇ ਬੈਠੇ ਨਾ ਇਹ ਕੀ ਆਏ ਮਿੰਟ ਦੀ It means attractive. Okay. I like your name. How may I address you? By Kashish or something else? By Shish. Shish? Ah, I don't like that. I will call you Kashish. I will call you Kashish. How are you feeling right now? Your mom is making our video. I feel shy. You feel shy? Okay, me. Let's close this topic. ਇੱਧਰ ਜੀ ਕਸ਼ੀ ਦੀ ਇੰਗਲਿਸ਼ ਸੁਣਨਾ ਚਾਹੁੰਦੇ ਸਾਰੇ ਜਣੇ ਤੇ ਉਹ ਉਹਦਾ ਵੱਡਾ ਭਾਜੀ ਹੈ ਜੀ ਇੱਧਰ ਤੇ ਉਹ ਉਹਦੇ ਨਾਲ ਇੰਗਲਿਸ਼ ਗੱਲ ਕਰਦਾ ਖਤਮ ਕਰ ਦਿੱਤੀ ਹੈ ਨਹੀਂ ਇਦਾਂ ਕਰਦਾ ਮੈਂ ਇੰਗਲਿਸ਼ ਹੀ ਬੋਲਦਾ ਤੋ ਟਰਾਲੋ ਚ ਟਰਾਂਸਲੇਟ ਕਰਨਾ ਨਹੀਂ ਤੇ ਮੈਂ ਜਿਹੜਾ ਤੁਹਾਨੂੰ ਸਵਾਲ ਕਰਨਾ ਹੈ ਤੁਸੀਂ ਇੰਗਲਿਸ਼ ਚ ਜਵਾਬ ਠੀਕ ਓਕੇ ਓਕੇ ਮੈਂ ਰਾਤ ਨੂੰ ਬੋਲ ਓਕੇ ਓਕੇ ਗੋ ਓਕੇ ਵਾਟ ਇਜ਼ ਯੋਰ ਨੇਮ ਮਾਈ ਨੇਮ ਇਜ਼ ਮਨਪ੍ਰੀਤ ਸਿੰਘ ਹਾਊ ਓਲਡ ਆਰ ਯੂ I am 25 years old. What are your dreams in life? My dream is to be happy and fulfill my goals. What are your goals? I don't want to disclose. Then
Beautiful blossom trees. Oh, really? I appreciate that. What are your future goals? I have three future goals. I mean, four. Okay. First, doctor. Okay. Okay. Air hostess. Okay. Model. Okay. Housewife. Then I will be old and will be surrounded by too many illness. You will treat me or not? I will injection. You will inject me? वो भी दस दे. नहीं नहीं. रिंकू ने बोलना पंजाबी जो ने तगालो ट्रांसलेट करनी. वो भी सुन लो है ना. और क्या? कुछ भी पूछ. मैं आज जंकी लग रहा भैया. जंकी आहो गयोन. Oh yeah, yeah. और किसने पूछ रहा? नीलू दीदी बहुत सोनी लाल दिया. अज आप किथे आए हो दसो. एक्सप्लेन कर दो सारा कुछ. तगालो जी तो मम्मी सभा हाय नम पिन खमर रखिन आदेनी. इंडिया किदा मतलब रहना चाहती कश के जाना चाहती जल्दी वापस. 50-50 तगालो तगालो. चलो हम पंजाबी बोल दे. बहुत सोना बोल दे. तगालो जेनू जेनू समझ लगी. साडे उधर जेडे है जुड़े तगालो वाले. ए साडा निक्का जिहा काका आ ओ कहिंदा भी मैं अपनी मम्मा को जाना आ. ब्रायन किदा देखना. हाँ जी नीलू तुसी कुछ पूछना चाहते को गल करना चाहते. कुछ भी पूछ ला. तुसी दसो तुहानू किदा लगा अज अपनी मेनू तो बहुत वधिया लगा. मैं दूसरे रूम विच जाके सारा एक्सप्लेन कर चुकी हाँ. अच्छा। ते बाकी तुसी ब्लॉग विच देख लियो. ता मैं तो इत्थे बहुत आके खुश हुंदी हुंदी सी. पुराना टाइम जिहड़ा याद आ गया सारा. जो बर्थ होना सी उस तो दो दिन पहला मैं आई सी. मैं किन्ने दिन रह के गई. मैं पढ़दी सी उदो. मैं छुट्टियां लेके आई. ये अज बंदा बहुत शरारती होया. ओ जिहड़ा सामने बैठा मानसी करके भी जे तुम्ही कुछ सुना दे. आयो जेडे उधर लवी पाजी हनी क्वेश्चन कर दे सी. ओके जेडा
ਹੁਣ ਜਦੋਂ ਅਗਲੀ ਵਾਰ ਨੂੰ ਆਵਾਂਗੇ ਫੇਰ ਆਵਾਂਗੇ ਬ੍ਰਾਇਨ ਕਿੱਦਾਂ ਦੇ ਦਊਗਾ ਉਹਦੇ ਬ੍ਰਾਇਨ ਕਿੱਦਾਂ ਦੇ ਕਿੱਦਾਂ ਦੇ ਜਰੂਰ ਹੀ ਆਉਣਾ ਥੈਂਕ ਯੂ ਸੋ ਮਚ ਜੀ ਤੁਹਾਡਾ ਇਹ ਵੀ ਲਾਈਕ ਸਬਸਕ੍ਰਾਈਬ ਐਂਡ ਕਮੈਂਟ ਕਰਦੇ ਰਹੋ ਸ਼ਾਬਾਸ਼ ਆ ਗੱਲ ਕਿਸੇ ਨੇ ਨਹੀਂ ਕਹੀ ਮੇਰੇ ਪੱਖ ਦੀ ਇਹ ਮੇਰੀ ਭੈਣ ਜੀ ਨੇ ਕਹੀ ਤੇ ਵੱਧ ਤੋਂ ਵੱਧ ਇਹਨਾਂ ਦੀ ਵੀਡੀਓਸ ਨੂੰ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਜ਼ਰੂਰ ਕਰੋ ਥੈਂਕ ਯੂ ਬਹੁਤ ਬਹੁਤ ਵੀ ਥੈਂਕ ਯੂ ਲੋ ਜੀ ਮਿਲਦੇ ਹਾਂ ਫਿਰ ਨੈਕਸਟ ਵਲੌਗ ਦੇ ਨਾਲ ਹੁਣ ਆਪਾਂ ਚੱਲੇ ਬਾਏ ਬਾਏ ਸੀ ਯੂ ਸੂਨ ਬਾਏ ਬਾਏ ਸੀ ਯੂ ਸੂਨ ਬਾਏ ਬਾਏ